सारे प्यार भरी सत श्री अकाल जी, वाहिगुरु जी का खालसा वाहिगुरु जी की फतेह। स्वागत है जी तुहाडा अज दे ब्लॉक विच। आपां कल सीगे गुरुद्वारा श्री गुरु तेग बहादुर साहिब लक्ष्मीपुर वापस धौबड़ी साहिब तों आउंदे होए, हुण वापसी जिहड़ी यात्रा कर रहे हां, ते धौबड़ी साहिब तों आ के कल शाम नूं रहे उत्थे, रात लाइट ना होण करके गुरु घर दे विच, क्योंकि पिंडां दा गुरु घर आ, पिंडां दी कमेटी आ उह, ते 1-2 बजे फिर संगतां ना सुतियां। जदों सवेरे दे अमृत वेले दे 2 बजे तां उत्थों ही बस कहण ते संगतां दे कहण ते बूटा सिंह ने बस यात्रा जिहड़ी शुरू कर दित्ती। हुण वजे ने 9, आपां खड़े आ मुजफ्फरपुर, इत्थे इक ढाबा, क्योंकि चाह भी नहीं पीती किसी ने, जिस तरह कोई बैठा नहाता धोता भी नहीं, अं बह गए आ, कोई अमृत वेले इशनान नहीं होया उदों उस टाइम, क्योंकि लाइट का बहुत प्रॉब्लम सी। ते हुण आ गए असीं मुजफ्फरपुर, मुजफ्फरपुर ढाबे ते इत्थे प्रशादे तैयार कराए ने संगतां लई, संगतां छक के चाह पानी पी के फिर आपां अगे रवाना होवांगे, चलांगे। इहनां ने गड्डियां वाले वीर दा ढाबा, खैर इन्हां वड्डे ढाबे नाल वधिया हुंदा, क्योंकि ताज़ी रोटी दाल पानी वधिया हुंदा इन्हां दा, ट्रकां वाले दा। आ बैठे ने संगतां सज गईआं, रात दे 2 बजे ते चले होए आ। ਕਿਵੇਂ ਰਹੀ ਰਾਤ? ਰਾਤ ਦਾ ਕਿਆ, ਗੱਡੀ ਚ ਲੰਘ ਗਈ ਆ। ਇਧਰ ਬੀਬੀਆਂ ਬੈਠੀਆਂ ਨੇ ਰੋਟੀ ਦੇ ਇੰਤਜ਼ਾਰ ਚ। ਇਹ ਆਪਣੇ ਪੰਜਾਬੀ ਵੀਰ ਦਾ ਢਾਬਾ ਹੈ ਆਪਣੇ ਦਾ, ਪੂਰੇ ਵਧੀਆ ਪ੍ਰਸ਼ਾਦਾ ਪਾਣੀ ਪੰਜਾਬੀਆਂ ਲਈ ਦਿਆਂਗੇ। ਇਹ ਵੀਰ ਦਾ ਫੌਜੀ ਢਾਬਾ ਹੈ। ਤੇ ਵੀਰ ਜੀ ਤੁਹਾਡਾ ਨਾਂ ਕੀ ਹੈ ਤੇ ਪਿੱਛੋਂ ਕਿੱਥੇ ਹੋ? ਖੋਸਾ ਪਾਂਡਵ ਮੋਗਾ। ਵਾਹ ਜੀ ਵਾਹ, ਖੋਸਾ ਪਾਂਡਵ ਮੋਗਾ ਦੇ ਕੋਲੇ ਖੋਸਾ ਕੋਟਲਾ ਆਉਂਦਾ ਹੈ, 4 ਖੋਸੇ ਨੇ ਤੁਹਾਡੇ, ਹਨਾ? ਆਪਾਂ ਢਾਬੇ ਤੋਂ ਨਾ, ਇਹ ਖੋਸਾ ਪਾਂਡਵ ਮੋਗੇ ਕੋਲੇ ਪਿੰਡ ਹੈ, ਉਹ ਬਾਈਆਂ ਦਾ ਫੌਜੀ ਢਾਬਾ ਹੈ ਇਹ, ਤੇ ਇੱਥੋਂ ਪ੍ਰਸ਼ਾਦਾ ਪਾਣੀ ਸਾਰਿਆਂ ਨੇ ਚੱਕਿਆ, ਤੰਦੂਰੀ ਰੋਟੀਆਂ ਦਾਲ ਅਤੇ ਨਾਲ ਵਧੀਆ। ਦੇਖੋ ਤੁਸੀਂ ਇੱਕ ਸੇਵਾ ਹੀ ਹੈ, 50 ਰੁਪਏ ਥਾਲੀ ਲਾਈ ਹੈ, ਕਿਸੇ ਨੇ 3 ਖਾਧੀਆਂ, ਕਿਸੇ ਨੇ 4, ਫਿਰ ਵੀ ਇਹਨਾਂ ਨੇ ਕੋਈ ਵੱਧ ਪੈਸਾ ਨਹੀਂ ਲਿਆ, ਸਿਰਫ 50 ਰੁਪਏ ਹੀ ਪਲੇਟ ਦੇ ਲਏ ਨੇ ਇਹਨਾਂ ਨੇ। ਤੇ ਹੁਣ ਆਪਾਂ ਚੱਲਣ ਲੱਗੇ ਹਾਂ ਅੱਗੇ ਵੱਲ, ਗੋਰਖਪੁਰ ਰਹਾਂਗੇ ਅੱਜ ਦੀ ਰਾਤ, ਜਿੱਥੇ ਗੋਰਖਨਾਥ ਦਾ ਉੱਥੇ ਕੋਈ ਬਣਿਆ ਹੈ, ਕੋਈ ਇਤਿਹਾਸ ਹੈ ਗੋਰਖਨਾਥ ਨਾਲ, ਉਸੇ ਨਾਂ ਦੀ ਉਹਦੇ ਨਾਂ 'ਤੇ ਹੀ ਇਹ ਸ਼ਹਿਰ ਗੋਰਖਪੁਰ ਬਣਿਆ। ਅਤੇ ਹੁਣ ਉੱਧਰ ਬੰਦ ਹੈ, ਬੱਸ ਆਪਣੀ ਸਟਾਰਟ ਹੋ ਗਈ, ਚਲੋ ਚੱਲ ਹੋਣੀ ਆ ਹੁਣ। ਆ ਲਓ ਜੀ ਆਪਣੀ ਬੱਸ ਤਿਆਰ ਹੈ, ਡਰਾਈਵਰ ਨੇ ਮਾਰੇ 2 ਗਲਾਸ ਚਾਹ ਦੇ। ਗੋਰਖਪੁਰ ਪਹੁੰਚਿਆ ਜੀ, ਤਕਰੀਬਨ 12-13 ਘੰਟੇ ਲੱਗ ਗਏ ਸਾਨੂੰ ਲਕਸ਼ਮੀਪੁਰ ਤੋਂ। ਸੰਗਤਾਂ ਆਪਣੇ ਆਪਣੇ ਬੈਗ ਬੱਸ 'ਚ ਉਤਾਰਦੀਆਂ ਹੋਈਆਂ,
ਤੇ ਆਓ ਗੁਰਦੁਆਰਾ ਸਾਹਿਬ ਇੱਥੋਂ ਅੱਧਾ ਕਿਲੋਮੀਟਰ ਆਇਆ ਤੁਰ ਕੇ ਜਾਣਾ ਪਊਗਾ ਸਾਨੂੰ ਵਜਨ ਹੈਗਾ ਕਾਫੀ ਬੈਗਾਂ ਦੇ ਵਿੱਚ ਤੇ ਪਹੁੰਚਦੇ ਹਾਂ ਗੁਰੂ ਘਰ ਇੱਥੇ ਇੱਥੇ ਆਪਾਂ ਨਾਈਟ ਲਾਵਾਂਗੇ ਜੀ ਅੱਜ ਤੇ ਨਾਲੇ ਤੁਹਾਨੂੰ ਦਰਸ਼ਨ ਕਰਾਵਾਂਗੇ ਇੱਥੋਂ ਗੋਰਖ ਦਾ ਜਿਹੜਾ ਮੰਦਰ ਹੈ ਮਸ਼ਹੂਰ ਇੱਥੋਂ ਦਾ ਉਹਦੇ ਵੀ ਦਰਸ਼ਨ ਕਰਾਵਾਂਗੇ ਆਪਾਂ ਇਸ ਟਾਈਮ ਜਿਹੜਾ ਆ ਕੇ ਗੁਰਦੁਆਰਾ ਗੋਰਖਪੁਰ ਸਿੰਘ ਸਭਾ ਵਿੱਚ ਬੈਠੇ ਹਾਂ ਅੱਜ ਦੀ ਰਾਤ ਇੱਥੇ ਗੁਜ਼ਾਰਾਂਗੇ ਇਹ ਇਤਿਹਾਸਕ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਹੈ ਜਦੋਂ ਤੀਸਰੀ ਉਦਾਸੀ ਦਾਨ ਸਤਿਗੁਰੂ ਮਹਾਰਾਜ ਜੀ 1572 ਈਸਵੀ ਨੂੰ ਇੱਧਰ ਹੁੰਦੇ ਹੋਏ ਫੇਰੀ ਦੌਰਾਨ ਇੱਥੇ ਆ ਕੇ ਬਿਰਾਜੇ ਸੀ ਸੋ ਉਹਨਾਂ ਦੀ ਯਾਦ ਵਿੱਚ ਇੱਥੋਂ ਦੇ ਲੋਕਾਂ ਨੇ ਇੱਥੋਂ ਦੇ ਸ਼ਰਧਾਲੂਆਂ ਨੇ ਗੁਰਦੁਆਰਾ ਸਿੰਘ ਸਭਾ ਬਣਾਇਆ ਹੈ ਹੁਣ ਤੁਹਾਨੂੰ ਦਿਖਾ ਰਿਹਾ ਮੈਂ ਸੋ ਇਹ ਦਿਓੜੀ ਗੇਟ ਦੇ ਦਰਸ਼ਨ ਕਰ ਰਹੇ ਆਪਾਂ ਗੁਰਦੁਆਰਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਯਾਦ ਵਿੱਚ ਜਿਹਦੀ ਆ ਸ਼ਿਲਾ ਦੇਖੋ ਯੋਗੀਨਾਥ ਆਦਿੱਤਿਆਨਾਥ ਮਾਨਣੀ ਮੁੱਖ ਮੰਤਰੀ ਉੱਤਰ ਪ੍ਰਦੇਸ਼ ਇਹ ਉਹਨਾਂ ਨੇ ਉਦਘਾਟਨ ਕੀਤਾ ਜੀ ਆ ਇੱਥੇ ਇਤਿਹਾਸ ਹੈ ਹਿੰਦੀ 'ਚ ਅਤੇ ਰੇਲਵੇ ਸਟੇਸ਼ਨ ਵੀ ਥੋੜ੍ਹੀ ਦੂਰੀ 'ਤੇ ਹੈ ਇਹ ਗੁਰਦੁਆਰਾ ਸਾਹਿਬ ਬਣਿਆ ਹੈ ਜੀ ਆਪ ਦਰਸ਼ਨ ਕਰ ਰਹੇ ਹੋ ਤੀਸਰੀ ਉਦਾਸੀ ਦੌਰਾਨ ਗੁਰੂ ਨਾਨਕ ਪਾਤਸ਼ਾਹ ਜੀ ਹੇਮਕੁੰਟ ਤੋਂ ਹੁੰਦੇ ਹੋਏ ਅਤੇ ਇੱਥੇ 1572 ਈਸਵੀ ਨੂੰ ਇਸ ਜਗ੍ਹਾ ਨੂੰ ਭਾਗ ਲਾਏ ਸੋ ਇਹਦਾ ਇਤਿਹਾਸ ਗੋਰਖਪੁਰ ਜਿਹੜਾ ਸਿੱਧ ਯੋਗੀ ਗੁਰੂ ਗੋਰਖਨਾਥ ਜੀ ਹੋਏ ਨੇ ਇਹ ਸ਼ਹਿਰ ਉਹਨਾਂ ਦੇ ਨਾਂ 'ਤੇ ਬਣਿਆ ਹੈ ਉਹਨਾਂ ਦਾ ਇੱਥੇ ਇੱਕ ਇਤਿਹਾਸਕ ਮੰਦਰ ਵੀ ਹੈ ਸੰਗਤਾਂ ਲੈ ਰਹੀ ਨੇ ਬੈਗ ਬੜਾ ਸੁੰਦਰ ਸਥਾਨ ਬਣਿਆ ਹੋਇਆ ਪਾਕਿਸਤਾਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਲ ਬਾਬਾ ਜੀ ਮਰਦਾਨਾ ਜੀ ਉਦਾਸੀ ਦੇ ਦੌਰੇ ਨੇ ਤੇ ਗੁਰੂ ਸਾਹਿਬ ਕਹਿੰਦੇ ਮਰਦਾਨੇ ਆ ਕਹਿੰਦੇ ਆ ਨਗਰ ਹੈ ਨਗਰ ਦੇ ਵਿੱਚ ਜਾ ਕੇ ਨਾ ਤੂੰ ਲੋਕਾਂ ਨੂੰ ਇਹ ਕਹਿ ਕਿ ਨਾਮ ਜਪੋ ਨਾਮ ਜਪੋ ਮਰਦਾਨਾ ਕਹਿੰਦਾ ਮਹਾਰਾਜ ਹੋਕਾ ਤਾਂ ਮੈਂ ਤਾਂ ਦੇਵਾਂਗਾ ਪਹਿਲੇ ਮੈਨੂੰ ਇਹ ਦੱਸੋ ਨਾਮ ਹੈ ਕੀ ਹੈ ਸਤਨਾਮ ਸ੍ਰੀ ਗੁਰੂ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਨਾਮ ਇੱਕ ਦਵਾਈ ਕਹਿੰਦਾ ਮਹਾਰਾਜ ਮੈਨੂੰ ਦੱਸੋ ਜਲਦੀ ਕਿਵੇਂ ਮਹਾਰਾਜ ਕਹਿੰਦੇ ਚੰਗਾ ਜਾ ਤੂੰ ਲੰਗਰ ਪਹਿਲੇ ਲੰਗਰ ਦੇ ਵਿੱਚ ਜਾਂਦੇ ਹੋ ਹੁਣ ਮਰਦਾਨਾ ਜਾਂਦਾ ਹੋਕਾ ਦਿੰਦਾ ਪੈਂਦਾ ਕਹਿੰਦਾ ਕੀ ਹੋਕਾ ਦਿੰਦਾ ਲੰਗਰ ਦੇ ਵਿੱਚ ਜਾ ਕੇ ਕਹਿੰਦਾ ਆ ਗਿਆ ਜੀ ਬਾਬਾ ਪੈਦਲ ਹੁਣ ਉਸ ਨਗਰ ਦੇ ਵਿੱਚ ਇੱਕ ਸੇਠ ਸੀ ਸੇਠ ਦੇ ਪੁੱਤਰ ਨੂੰ ਕੋਹੜ ਦਾ ਰੋਗ ਹੋਇਆ ਜਦੋਂ ਕੋਹੜ ਦਾ ਰੋਗ ਹੋਇਆ ਉਹਨੇ ਆਵਾਜ਼ ਸੁਣੀ ਹੈ ਗੁਰੂ ਨਾਨਕ ਸਾਹਿਬ ਜੋ ਸੁਨੇਹਾ ਸੀ ਮਰਦਾਨਾ ਦੇ ਰਿਹਾ ਮਰਦਾਨਾ ਕਹਿਣ ਲੱਗਿਆ ਦਵਾਈ ਲੈ ਲਓ ਦਵਾਈ ਲੈ ਲਓ ਤੇ ਜਿਹੜਾ ਸੇਠ ਸੀ ਉਹਦੇ ਪੁੱਤਰ ਨੂੰ ਕੋਹੜ ਦਾ ਰੋਗ ਸੀ ਉਹ ਵੀ ਆਵਾਜ਼ ਸੁਣ ਕੇ ਬੇਟਾ ਆ ਗਿਆ ਪਹਿਲਾਂ ਤੋਂ ਪੁੱਛਦਾ ਮਰਦਾਨੇ ਆ ਤੂੰ ਦਵਾਈ ਕਾਹਦੀ ਦਿੰਦਾ ਤੂੰ ਹੈ ਕੌਣ ਆ ਕਹਿੰਦਾ ਜੀ ਮੈਂ ਕਲਯੁਗ ਦੇ ਅਵਤਾਰ ਗੁਰੂ ਨਾਨਕ ਦੇਵ ਜੀ ਉਹਦਾ ਸੇਵਕ ਕਹਿੰਦੇ ਕਾਹਦੀ ਦਵਾਈ ਦਿੰਦਾ ਕਹਿੰਦਾ ਜੀ ਦਵਾਈ ਤਾਂ ਮੇਰੇ ਗੁਰੂ ਨਾਨਕ ਸਾਹਿਬ ਦਿੰਦੇ ਨੇ ਹੁਣ ਚੱਲਿਆ ਜੀ ਗੋਰਖਨਾਥ ਦੇ ਮੰਦਰ ਦੇ ਜਿਹੜਾ ਕਿ ਇੱਥੋਂ ਦੇ ਸ਼ਹਿਰ ਗੋਰਖਪੁਰ ਮਸ਼ਹੂਰ ਹੈ ਇੱਥੇ ਕਹਿੰਦੇ ਉਹਦੇ ਭਗਤੀ ਸਥਲ ਸੀ ਜਿੱਥੇ ਉੱਥੇ ਮੰਦਰ ਬਣਾਇਆ ਗਿਆ ਮਛਿੰਦਰ ਨਾਥ ਜਿਹੜਾ ਚੇਲਾ ਸੀ ਉਹਨਾਂ ਨੇ ਬਣਵਾਇਆ ਸੋ ਆਓ ਆਪਾਂ ਚੱਲਦੇ ਹਾਂ ਦਿਖਾਉਂਦੇ ਹਾਂ ਤੁਹਾਨੂੰ ਇੱਥੋਂ ਦੇ ਮੰਦਰ ਬਾਰੇ ਦੱਸਦੇ ਹਾਂ ਲਓ ਜੀ ਆਪਾਂ ਆਟੋ ਕਰਾ ਲਿਆ 8 ਸਵਾਰੀਆਂ 10 ਸਵਾਰੀਆਂ ਸਾਡੀਆਂ 2 ਆਟੋ ਕਰਾ ਲਏ ਇੱਥੋਂ ਅਤੇ ਹੁਣ ਚੱਲੇ ਹਾਂ ਆਪਾਂ ਗੋਰਖ ਮੰਦਰ ਦੇ ਵਿੱਚ ਅਤੇ ਚਲੋ ਚੱਲ ਹੋ ਜਾਣੀ ਆਉਣਾ ਜੀ ਗੋਰਖ ਮੰਦਰ ਆ ਗਿਆ ਜੀ ਇੱਧਰ ਹਨੂੰਮਾਨ ਜੀ ਦਾ ਮੰਦਰ ਹੈ ਅਤੇ ਆਹ ਗੋਰਖ ਮੰਦਰ ਹੈ
चलो चलो लो जी सामने तुसी दर्शन कर रहे हो गोरखनाथ जी का मंदिर आ। ਓ ਜੀ ਸੰਗਤਾਂ ਸਾਡੀਆਂ ਸਾਰੀਆਂ ਆ ਚੁੱਕੀਆਂ ਨੇ ਇੱਧਰ ਠੇਕੇਦਾਰ ਸਾਹਿਬ ਵੀਡੀਓ ਬਣਾਉਂਦੇ ਹੋਏ ਚਲੋ ਜੀ ਕਾਫੀ ਖੁੱਲ੍ਹਾ ਡੁੱਲਾ ਮੰਦਰ ਹੈ ਲਓ ਜੀ ਤਲਾਸ਼ੀ ਹੋ ਰਹੀ ਹੈ ਸਾਡੀ ਚੈੱਕਅਪ ਪੂਰਾ ਹੋ ਰਿਹਾ ਇੱਥੇ ਇੱਥੇ ਸਾਡੀ ਤਲਾਸ਼ੀ ਹੋਈ ਹੈ ਕੁਵੇਪਨ ਜਾਂ ਕੋਈ ਉਹ ਕਿਰਪਾਨ ਨੂੰ ਕਹਿ ਰਹੇ ਸੀ ਅਸੀਂ ਸਾਡਾ ਚਿੰਨ੍ਹ ਹੈ ਇਹ ਅਤੇ ਉਹਨਾਂ ਨੇ ਚਲੋ ਗੱਲ ਕਰੀ ਠੀਕ ਹੈ ਕਹਿੰਦੇ ਸਰਦਾਰ ਜੀ ਜਾਓ ਅਤੇ ਬਾਬਾ ਜੀ ਦੇ ਕਿਰਪਾਨ ਪਾਈ ਇੱਕ ਦੋ ਹੋਰ ਸਿੰਘ ਆ ਅਤੇ ਅਸੀਂ ਦਰਸ਼ਨ ਮੇਲੇ ਕਰਨ ਆਏ ਹਾਂ ਕਾਫੀ ਮਾਹੌਲ ਵਧੀਆ ਜੀ ਮੰਦਿਰ ਦੇ ਅੰਦਰ ਆ ਹੁਣ ਅਸੀਂ ਇਸ ਟਾਈਮ ਆ ਗਏ ਗੋਰਖਨਾਥ ਮੰਦਿਰ ਦੇ ਅੰਦਰ ਆ सिक्योरिटी है जी इतने टाइट है हर कभी तलाशी होके जाती है तो बाकी देखते हैं इधर स्वीट्स दुकाना ने जी इधर खिलौने दुकाना बच्चों वास्ते काफ़ी रौनक मिल है इतने देखो अनानास पै पपीता इधरला गढ़ आया अनानास का तो भी रुपए का दे देने कच्चा जोड़ा हरा है पीस अपने सौ सौ रुपए तो घट नहीं मिलता है अपने सौ रुपए तो घट नहीं मिलना है सामने तुसी देख रहे हो गोरखनाथ जी का मंदिर इन्हों का भगती स्थल से जोड़ा मुछिंद्र नाथ ने बाद चुना याद में यह मंदिर बनाया तो सामने सूरज थोड़ा जहा धुप पै रही है बहुत वधिया मंदिर है तो अपने नाल आए ने वीर सारे दर्शन करने लिए अंदरों बहुत सोहनी पार्क बनी हुई है मंदिर की एक मुख्यमंत्री योगीनाथ का स्थल है जी ये इतने रिहायश भी है उन्होंने इतने उन्होंने पूजा भी करते ने आके अपने गुरु की वो भी योगी ने ना भी योगीनाथ है इस करके इतने सिक्योरिटी टाइट है हर एक की तलाशी परमिशन लैके जाना पैंदा इतने ऐसा माहौल है कुछ बहुत रौनक लगी हुई जी इतने जिदे नाते गोरखनाथ यह शहर पाया इस टाइम आप पहुँच चुके हैं मंदिर के अंदर तो संगत दर्शन करने अंदर जा रही ने फोटोग्राफी तो वीडियोग्राफी इतने अलाउ नहीं हैगी बहरों ही आप शूट करके दिखा सकते तो। सामने गोरखनाथ की मूर्ति बनी है प्रतिमा उन्हां दी ये गोरखनाथ का मंदिर है जी बाहरों दृश्य भैरोनाथ का बनया स्थान जी इधर इधर शिव मंदिर बने हैं नाल ही चलो जी 84 सिद्धां दी बनी हुई ने मूर्तियां इत्थे योगियां दियां देवी देवतियां दियां सारे देवी देवतियां ने मूर्तियां 84 सिद्धां दियां नौ नाथ 84 सिद्ध जिहड़े ने पूरे मूर्तियां ने उन्हां दियां नौ नाथ 84 सिद्धां दियां मूर्तियां ने वीरे
जोगी राज कमलनाथ ब्रह्मनाथ सारे योगियों दिया योग मत सारे जिमें कहने योग मत धारण के जेडे योगी हुए ने इत्थे सारे नाथां दियां ये मंदिर है जी हनुमान दा राधा राणी दा शिव जी कई मंदिर कट्ठे ने इत्थे राधा कृष्ण मंदिर विच ही बने है नाल ही मंदिर दे विच छोटा जिहा तलाब बनया है वोटिंग करन लई देखो इधर देखो फहारे का मजा तो आ लै रहा है ये बैठा है इसी मार्केट च कमाल करी हुई है जगह देखे भी लभी है कि वधिया इत्थे कराए ने दही पले बाई तो दही पले खाने आ ते फिर आपां अगे वल वधदे लै लो जी ओ यार ओ तां पाई नहीं उपर पानी दे दो बाबा जी किवें लग रहा है वधिया बाबा जी कहने वधिया बणा है सो अज आप लक्ष्मीपुर तो चल के गोरखपुर पहुंचे सीगे 12-13 घंटे का साडा यह सफर रहा ते अज दे ब्लॉग की समाप्ति आप इत्थे करदे आ तुहानूं ब्लॉग किस तरह लग्या जरूर दस्यो लाइक सबसक्राइब ते चैनल नूं दब के शेयर करियो सो वाहिगुरू जी का खालसा वाहिगुरू जी की फतेह।